ਬਾਈ ਜੀ ਸਾਰੇ ਵੀਰ ਪਿਆ ਪਰ ਸਤਿ ਸ਼੍ਰੀ ਅਕਾਲ ਮੈਂ ਸਾਰ ਠੀਕ ਠਾਕ ਹੋਵਾਂਗੇ ਦੋਸਤੋ ਅੱਜ ਰਾਜੂ ਬਾਈ ਕੋਲ ਆਏ ਹੋਏਗੇ ਦਿੜਬੇ ਦੇ ਵਿੱਚ ਅਤੇ ਰਾਜੂ ਬਾਈ ਦੇ ਨਾ ਲਗਭਗ 20-25 ਬੱਕਰੀਆਂ ਸੂਪੀਆਂ ਅਤੇ ਬਾਈ 25 ਬੱਚੇ ਕਰਤੇ ਹੈ ਨਾ ਕਿੰਨੇ ਬੱਚੇ ਨੇ ਕੀ ਗੱਲਬਾਤ ਅਤੇ ਸਾਰੇ ਬੱਚੇ ਬਾਈ ਵੇਚਣੇ ਵੀ ਨੇ ਨਾ ਲਗਭਗ ਮਹੀਨੇ ਸਵਾ ਮਹੀਨੇ ਦੇ ਬੱਚੇ ਜਿਹੜੇ ਹੋ ਚੁੱਕੇ ਨੇ ਖਾ ਰਹੇ ਨੇ ਹਾਂ ਬਾਕੀ ਰਾਜੂ ਨਾਲ ਗੱਲਬਾਤ ਕਰਦੇ ਹਾਂ ਰਾਜੂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਰਾਜੂ ਬਹੁਤ ਵਧੀਆ ਜੀ ਠੀਕ ਠਾਕ ਹਾਂਜੀ ਕਿਵੇਂ ਕੰਮ ਕਾਰ ਕਿਵੇਂ ਚੱਲਦਾ ਕੰਮ ਕਾਰ ਵਧੀਆ ਮੰਡੀਆਂ 'ਚ ਤਾਂ ਮੰਦਾ ਜੀ ਇਹ ਠੀਕ ਆ ਚੱਲ ਰਿਹਾ ਚਲੂ ਵਧੀਆ ਕਿੰਨੀਆਂ ਬੱਕਰੀਆਂ ਸੂਪੀਆਂ ਬਾਈ ਆਪਣੀਆਂ 20 ਬੱਕਰੀਆਂ ਸੂਪੀਆਂ ਵੇਚਣੀਆਂ ਨੇ ਉਹ ਸਾਰੀਆਂ ਕਿ ਨਾ ਮੈਂ ਵੀ ਨਹੀਂ ਵੇਚਦਾਂਗੇ ਆਪਾਂ ਬੱਕਰੀਆਂ ਨਹੀਂ ਵੇਚਦੇ ਬੱਕਰੀਆਂ ਨਹੀਂ ਵੇਚਦੇ ਬੱਕਰੀਆਂ ਜਿਹੜੀਆਂ ਹੁਣ 20 ਤਿਆਰ ਨੇ ਸੂਤ ਤੇ ਹਾਂ ਉਹ ਬੱਕਰੀਆਂ ਵੇਚਾਂਗੇ ਉਹ ਵੇਚੋਗੇ ਹਾਂ ਜਿਹੜੀਆਂ ਪਹਿਲਾਂ ਸੂਪੀਆਂ ਉਹ ਦੁਬਾਰੇ ਭਰ ਗਈਆਂ ਉਹ ਨਹੀਂ ਵੇਚਦੇ ਉਹ ਨਹੀਂ ਵੇਚਦੇ ਹੈਗੇ ਉਹ ਕਰਸਾਤ ਸੂਪ ਬਣਗੀਆਂ ਠੀਕ ਆ ਜਿਹੜੀਆਂ ਹੁਣ ਸੂਤ ਤੇ ਤਿਆਰ ਹੋ ਰਹੀਆਂ ਨੇ ਉਹ ਵੇਚ ਦਾਂਗੇ 20 ਬੱਕਰੀਆਂ ਬੱਚੇ ਦੇਖ ਲਓ ਬਾਈ ਜੀ ਲੌਂਗ ਖਾ ਰਹੇ ਨੇ ਚੰਡੀ ਦਾ ਦੇਖੋ ਖਾਈ ਜਾਂਦੇ ਨੇ ਬੱਚੇ ਹਨ ਚੰਡੀ ਦਾ ਲੌਂਗ ਖਾਈ ਜਾਂਦੇ ਨੇ ਬੱਚੇ ਹਾਂ ਫੁੱਲੀ ਦੇ ਵਿੱਚ ਸਾਰੇ ਨਿੱਕੇ ਨਿੱਕੇ ਮੰਡੇ ਪਏ ਨੇ ਖਾਣ ਖਾਣ ਲੱਗ ਗਏ ਬੱਚੇ ਬਈ ਜੇ ਕਿਸੇ ਨੇ ਨਾ ਤਾਂ ਨਹੀਂ ਲੱਗੇ ਬੱਚੇ ਚਾਹੀਦੇ ਹੁਣ ਲਗਭਗ ਸਵਾ ਮਹੀਨੇ ਦੇ ਬੱਚੇ ਤਾਂ ਤੁਸੀਂ ਬਾਈ ਸੰਪਰਕ ਕਰ ਲਿਓ ਰਾਜੂ ਬਾਈ ਨਾਲ ਲਿਆ ਵੀ ਮੁੰਡੇ ਆ ਬੱਚੇ ਲੈ ਕੰਨ ਦੇਖ ਲਓ ਬੱਚਿਆਂ ਦੇ ਕੱਡੇ ਕੱਡੇ ਕੰਨ ਨੇ ਲਿਆ ਬੱਚੇ ਫੜ ਕੇ ਨਾ ਭਾਈ ਇੱਕ ਇੱਕ ਦੋ ਦੋ ਬੱਚੇ ਆਪਾਂ ਦਿਖਾ ਦਈਏ ਆ ਕੰਨ ਦੇਖ ਮੈਂ ਵੀ ਨਹੀਂ ਲਾਲਦਾ ਲੈ ਵੀ ਪੱਠਾ ਵੀ ਨੇ ਤੇ ਬੱਕਰੇ ਵੀ ਨੇ ਇਹ ਪੱਠਾ ਹੀ ਨੇ ਬੱਕਰੇ ਵੱਧ ਨੇ ਕੱਡੇ ਕੰਨ ਨੇ ਮੇਵਨੀ ਦੇ ਲੈ ਵੀ ਦੇਖ ਸਕਦੇ ਹੋ ਇਹੋ ਜਿਹੇ ਬੱਚੇ ਨੇ ਦਿਖਾ ਦੇ ਬੱਬੂ ਸਵਾਰ ਕੰਨ ਦੇਖ ਲੈ ਮੇਵਨੀ ਦੇ ਲਾਲ ਲੋਹੀ ਦੇ ਕਿੱਡਾ ਕਿੱਡਾ ਕੰਨ ਬੱਕਰ ਆਪਣੇ ਕੋਲ ਹੀ ਹੈ ਨਾ ਇਹਨਾਂ ਦਾ ਬਾਪ ਬਾਹਰ ਬੱਕਰੀਆਂ ਜਿੱਥੇ ਕਹਿੰਦੇ ਉਹ ਤੈਨੂੰ ਤਿੰਨ ਬੋਕ ਨੇ ਵੱਡੇ ਇਹਨਾਂ ਦੇ ਬਾਪ ਤਿੰਨ ਬੋਕ ਨੇ ਇਹਨਾਂ ਦੇ ਬਾਪ ਅੱਛਾ ਦੇਖ ਕੰਨ ਬੱਚੇ ਦਾ ਇਹਦਾ ਵੀ ਦੇਖ ਸਕਦੇ ਆ ਸਕਦੇ ਪੂਰਾ ਡਬਲ ਆ ਨਾ ਬੱਚਾ ਇਹ ਹਾਂ ਇੱਕ ਕੰਨ ਹੋਰ ਆ ਬੱਚੇ ਦਾ ਔਰ ਇਹ ਕੱਡਾ ਕੱਡਾ ਤੈਨੂੰ ਦਿਖਾਉਂਗਾ ਸਾਰੇ ਬੱਚਿਆਂ ਦੇ ਕੰਨ ਅਲਗਾ ਸਾਡਿਆਂ ਦੇ ਕੰਨ ਮੈਂ ਕਹਿੰਦਾ ਸਾਡਿਆਂ ਦੇ ਕੀ ਕੰਨ ਨਹੀਂ ਸਾਡੇ ਕੀ ਬੱਕਰੇ ਨਹੀਂ ਕੋਈ ਲੋਕ ਕਹਿੰਦੇ ਮੇਰੇ ਬੱਕਰੇ ਮੇਰੀਆਂ ਬਲੇਡਾਂ ਚਲੋ ਹਰੇਕ ਨੂੰ ਮੇਰੀ ਵੀ ਬਲੇਡਾਂ ਆ ਡਬਲ ਹੱਡੀ ਦੇ ਵਿੱਚ ਆ ਇਹ ਵਿਕ ਗਿਆ ਜੀ ਕਿਵੇਂ ਇਹ ਬੱਚਾ ਵੇਖ ਇਹ 9000 ਦਾ ਵੇਚਿਆ ਤੇ ਲੰਗ ਮਾਰਦਾ ਵੇਚਿਆ ਖਨੌਰੀ ਦੇ ਬੰਦੇ ਨੇ ਦਿੱਤਾ ਹੈ 9000 ਦਾ ਹਾਂ ਖਨੌਰੀ ਦਾ ਇਹ ਵੇਚਣੇ ਕਿੰਨੇ ਕਿੰਨੇ ਰੁਪਈਆਂ ਦੇ ਨੇ ਸਾਰੇ ਦਿਖਾ ਦੇ ਬਾਈ ਉਹ ਜਿਵੇਂ ਕਹਾਂਗੇ ਕਰ ਲਾਂਗੇ ਆ 9 ਦਾ ਵੇਖੇਗਾ ਉਹ ਲੈ ਗਿਆ ਖਨੌਰੀ ਦਾ ਬੱਚਾ ਉਹ 9 ਦਾ ਵੇਖਿਆ ਹੈ ਪਰਸੋਂ ਲੈ ਕੇ ਜਾਊਗਾ ਬਾਕੀ ਬਾਈ ਸੰਪਰਕ ਕਰ ਲਿਓ ਤੁਹਾਨੂੰ ਬੱਚੇ ਦਿਖਾਈ ਜਾਣਗੇ ਜੇ ਕਿਸੇ ਵੀ ਮੇਰੇ ਵੀਰ ਨੇ ਬਾਈ ਕੋਈ ਬਰੀਡਰ ਤਿਆਰ ਕਰਨਾ ਹੋਵੇ ਬਰੀਡਰ ਵਾਸਤੇ ਵੀ ਇੱਧਰ ਥੱਲੇੋਂ ਕੱਢ ਮੇਵ ਨੇ ਦਿਖਾ ਰਾਜੂ ਕੋਈ ਘੈਂਟ ਜਿਹਾ ਬੱਚਾ ਦਿਖਾ ਬਰੀਡਰ ਵਾਸਤੇ ਹਾਂ ਦਿਖਾਉਣਾ ਆ ਬੈਠਾ ਹੈ ਆ ਬੈਠਾ ਹੈ ਕਿੱਡਾ ਕਿੱਡਾ ਕੰਨ ਦੇਖੀ ਆ ਮੇਵਨੇ ਦਾ ਕੰਨ ਦਾ ਪਾਦਰਸ਼ਨ ਵੀ ਬੱਚਾ ਦੇ ਚਿੱਟੀ ਅੱਖਾਂ ਦੇ ਵਿੱਚ ਆ ਨਾ ਬਹੁਤ ਤਕੜੀ ਬੱਕਰੀ ਦਾ ਸਾਨ ਰੱਖਿਆ ਹੈ ਅੱਛਾ ਕੰਨ ਦੀ ਕੁਆਲਿਟੀ ਏ ਵਾਲੀ ਡਬਲ ਹੈ ਬੱਚੇ ਦੀ ਸਹੀ ਗੱਲ ਆ ਬਈ ਹਨ ਦੇਖ ਸਕਦੇ ਹੋ ਕਿ ਬੱਚਾ ਜੀ ਟੈਸਟੀ ਕਲਾਂ ਦਾ ਹੋਰ ਕਲਾਂ ਦਾ ਵਧੀਆ ਹੋ ਬੱਚਾ ਤੇ ਉਹਨਾਂ ਕਰਾ ਦੇਖ ਅਲੱਗ ਨਾ ਵਿੱਚ ਦੀ ਮੂੰਹ ਦੇਖ ਲੈ ਕੰਨਾਂ ਦੇ ਐਡਾ ਜੈਡ ਬਲੈਕ ਆ ਨਾ ਜਮਾ ਨਾਲੇ ਚੌੜਾ ਬਹੁਤ ਹੈ ਕੰਨ ਹਾਂ ਜੈਡ ਬਲੈਕ ਆ ਬਈ ਬੱਚਾ ਜਮਾ ਹੀ ਬੱਚੇ ਦਾ ਕੰਨ ਦੀ ਕੁਆਲਿਟੀ ਮੈਂ ਕਹਿੰਦਾ ਹੱਦ ਪੱਟ ਗਈ ਹਰੇਕ ਆ ਕੇ ਇਹਨੂੰ ਫੜਦਾ ਹਾਂ ਵੀ ਆਹ ਬਰੀਡਰ ਵਾਸਤੇ ਦੇ ਦੇ ਮੈਨੂੰ ਸਹੀ ਗੱਲ ਵੱਡਾ ਮੱਥਾ ਹੋਊ ਨਾ ਬੁਦੀ ਕਿਵੇਂ ਹਲਦਾ ਕੰਨ ਦੇਖੀ ਲੱਗੇ ਦਾ ਲਾਗਣਾ ਵਰਗਾ ਕੰਨ ਸਹੀ ਗੱਲ ਲੈ ਲਾਈਕ ਆ ਦੇਖ ਸਕਦੇ ਬਾਈ 20 ਦਿਨਾਂ ਦਾ ਬੱਚਾ ਬਾਈ ਕਹਿੰਦਾ ਇਹ ਹਾਂ 20 ਦਿਨਾਂ ਦਾ ਇਹ ਹਾਂ ਕਿਹਾ ਜਾ ਕੱਲਾ ਹੀ ਆ ਉਹਦੀ ਮਾਂ ਥੱਲੇ ਲੱਗਦਾ ਨਹੀਂ ਨਾ ਵੀ ਹੋਊਗਾ 20 ਦਿਨਾਂ ਦਾ ਕੁੱਤ ਕੋਲੇ ਵਰਗਾ ਪਿਆ ਨੀਮ ਨਹੀਂ ਹੈ ਤਾਂ ਅੱਛਾ ਕੁੱਤ ਕੋਲੇ ਵਰਗੀ ਪਈ ਹੈ ਕੁੱਤ ਕੋਲੇ ਵਰਗੀ ਕੀ ਹੁੰਦਾ ਰਾਜੂ ਦੁੱਧ ਚੁੰਗ ਚੁੰਗ ਫਲ ਗਈ ਸਾਰੀ ਦੁੱਧ ਚੁੰਗ ਫਲ ਗਈ ਸਹੀ ਗੱਲ ਇਹ ਕੱਲੀ ਹੋਈ ਸੀਗੀ ਹਾਂ ਇਹਦੇ ਨਾਲ ਦਾ ਵੇਮਣਾ ਇੱਕ ਵੇਚਤਾ ਅੱਛਾ ਇੱਕ ਵੇਚਤਾ ਹੁਣ ਕੱਲੀ ਛੋਟਾ ਜੀ ਲੈ ਗਿਆ ਕੋਈ ਚੰਗੀ ਬੱਕਰੀ ਦਾ ਤੇ ਠੀਕ ਆ ਉਹ ਚੁੰਗਣੀਆਂ ਤੇ ਲਾਲ ਲਾਲ ਰੰਗ ਦੇ ਵਿੱਚ ਦਿਖਾਓ ਯਾਰ ਆਹ ਦੇਖ ਲਾਲ ਉਹ ਮੱਥੇ ਚੱਕਵੇਂ ਵਾਲੀ ਉੱਚੇ ਮੱਥੇ ਦੀ ਪਾਕਿਸਤਾਨੀ ਪੱਠ ਕਿੱਡੀ ਲਾਲ ਪੱਠ ਦੇਖ ਸਕਦੇ ਹੋ ਆਹ ਨਾਗਰੀਆਂ ਨੇ ਆਹ ਦੇਖ ਆਹ ਵੱਡੀ ਹੈ ਕਿਵੇਂ ਆ ਇਹ ਵੀ ਹੈ ਪੱਠਾ ਕਿ ਬੱਕਰਾ ਹੈ ਪੱਠਾ ਚੰਗਾ ਮੁੱਲ ਤੇ ਉਹ ਕੋਈ ਦੇ ਦਾਂਗੇ ਨਹੀਂ ਆਪਣੀ ਖੜੀ ਆ ਕੋਈ ਜ਼ਰੂਰੀ ਵੀ ਨਹੀਂ ਠੀਕ ਆ ਹਾਂ ਉਹਨਾਂ ਖਾਣ ਦੇ ਖਾਂਦਿਆਂ ਦੀ ਬਣਾਉਂਦੇ ਆ ਲੈ ਵੀ ਉਹ ਦਿਖਾ ਦੇ ਬਈ ਉਧਰ ਦੇ ਆਪਾਂ ਤੁਹਾਨੂੰ ਦਿਖਾਉਣਾ ਵੀ ਰਾਜੂ ਨੂੰ ਪਾਉਂਦਾ ਕੀ ਆ ਪਾਉਂਦਾ ਜੰਡੀ ਦਾ ਲੌਂਗ ਤੇ ਦਾਣੇ ਲਾ ਕੇ ਤੁੱਕਿਆਂ ਦੀ ਫੀਡ ਲੈ ਵੀ ਤੁੱਕਿਆਂ ਦੀ ਫੀਡ ਇਹ ਤੁੱਕਿਆਂ ਦੀ ਫੀਡ ਮਲੇਰਕੋਟ ਨੇ ਲਿਆਂਦੀ ਆ ਮੈਨੇ ਬਹੁਤ ਖਾਂਦੇ ਨੇ ਮੇਵ ਨੇ ਭਲਦੇ ਬਹੁਤ ਨੇ ਇਹਦੇ ਨਾਲ ਸਹੀ ਗੱਲ ਆ ਬਈ ਦਾਣੇ ਵਿੱਚ ਪਾਏ ਨੇ ਕਣਕ ਦੇ ਇੰਨੀ ਸੇਵਾ ਕਿਹੜਾ ਕਰ ਦੂ ਸਹੀ ਗੱਲ ਆ ਲੋਕ ਗੱਲਾਂ ਤਾਂ ਮਾਰਦੇ ਨੇ ਵੀ ਰਾਜੂ ਮੰਡੀਆਂ ਚੋਂ ਹੀ ਫਿਰਦਾ ਤੁਰਿਆ ਹਾਂ ਆਹ ਦੇਖ ਆਰ ਫਿਰ ਦੇਖ ਸਹੀ ਗੱਲ ਆ ਉਹ ਬਾੜਾ ਦੇਖ ਮੇਰਾ ਬਾੜੇ ਦੀ ਵੀਡੀਓ ਬਣਾ ਵੀ ਕਿੰਨੀ ਸਫਾਈ ਆ ਮੇਰੇ ਬਾੜੇ 'ਚ ਸਹੀ ਗੱਲ ਆ ਵੀ ਦੇਖ ਅਲਾ ਕਹਿੰਦਾ ਬੱਕਰੀਆਂ ਦਾ ਬਾੜਾ ਇਹ ਠੰਡ ਤੇ ਇਹਨੂੰ ਕਿਵੇਂ ਕਰਦਾ ਰਾਜ ਫਿਰ ਔਖਾ ਨਹੀਂ ਹੁੰਦਾ ਹੈਗਾ ਉਹਦੇ ਮੈਂ ਤਰਪਾਲ ਪਾ ਦੂੰ ਇਹਦੇ ਉੱਤੋਂ ਦੀ ਆ ਚੱਕ ਕੇ ਰੱਖੇ ਤਰਪਾਲ ਇੱਧਰ ਤੱਕ ਛੱਡ ਦੂੰ ਉੱਤੋਂ ਦੀ ਆ ਹਜੇ ਤਾਂ ਨਹੀਂ ਉਨੀ ਲੋੜ ਹੈਗੀ ਹਜੇ ਮੈਨੂੰ ਇੱਕ ਮਹੀਨਾ ਮੇਰਾ ਮਾਲ ਪਾਲਾ ਨਹੀਂ ਮੰਨਦਾ ਅੱਛਾ ਹਜੇ ਨਾ ਮੱਗਰ ਦਾ ਮਹੀਨਾ ਪਾਲਾ ਅੱਛਾ ਉੱਧਰ ਵੀ ਫਿਰ ਮੈਂ ਤਰਪਾਲ ਥੱਲੇ ਲਟਕਾ ਦਿਆ ਕਰੂੰਗਾ ਭੇਡਾਂ ਵਿਚਾਲੇ ਬਹਿ ਜਾਣਗੀਆਂ ਪਾਲਾ ਨਹੀਂ ਮੰਨਦੀਆਂ ਉੱਨ ਹੁੰਦੀ ਉਹਨਾਂ ਦੇ ਲੈ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਚਾ ਇਹਦੇ ਵਿੱਚ ਕੋਈ ਵੀ ਚਾਹੀਦਾ ਹੋਵੇ ਇੱਕ ਦੋ ਚਾਰ ਪੰਜ ਜਿੰਨੇ ਵੀ
ਬਹੁਤ ਤਕੜੀ ਦਾ ਇਹਦੇ ਨਾਲ ਦਾ ਇੱਕ ਮੈਂ ਮਹਾਰਾਸ਼ਟਰ ਦਾ ਬੰਦਾ ਲੈ ਗਿਆ। ਅੱਛਾ ਹਾਂ ਲੈ ਗਿਆ ਸਹੀ ਓਏ ਕੰਨ ਕੋਨ ਦੇਖ ਸਕਦੇ ਹੋ ਇਹਦੇ ਨਾਲ ਦਾ 12000 ਦਾ ਬੱਚਾ ਲੈ ਗਿਆ ਕੋਈ ਕਿੰਨੇ ਟਾਈਮ ਦਾ ਬੱਚਾ ਇਹ ਉਹ ਤਾਂ ਛੋਟਾ ਜੀ ਲੈ ਗਿਆ ਰੇਲ ਚ ਬਿਠਾ ਕੇ ਗੋਦੀ ਚ ਇਹ ਤਾਂ ਹੋਇਆ 20 ਦਿਨਾਂ ਦਾ 20 ਦਿਨਾਂ ਦਾ ਹਾਂ ਐਂ ਕਰਾ ਤੂੰ ਨੰਬਰ ਦੱਸੀ ਮਾੜਾ ਜਿਹਾ ਬਤਾ ਨੰਬਰ ਮੇਰਾ 98764 ਹੈ ਹਾਂਜੀ 92467 ਦੁਬਾਰਾ ਫੇਰ 98764 92467 ਤੇ ਇਹ ਚੈਨਲ ਵੀ ਹੈ ਮੇਰਾ ਇੱਕ ਰਾਜੂ ਗੋਟ ਫਾਰਮ ਦੜਬਾ ਪੰਜਾਬ ਸਬਸਕ੍ਰਾਈਬ ਕਰ ਲਿਓ ਉਹ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਨਾ ਜਿਹੜੇ ਬਾਈ ਵੀਡੀਓ ਦੇਖਦੇ ਨੇ ਤੇ ਜਿਹੜੇ ਚੈਨਲ ਤੇ ਅੱਜ ਵੀਡੀਓ ਬਣ ਰਹੀ ਹੈ ਇਹ ਲਿੱਤੀ ਲਾਣਾ ਤਰਸੇਮ ਸਿੰਘ ਧੂਰੀ ਆ ਇਹਦਾ ਚੈਨਲ ਹੈ ਇਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਇਹਨਾਂ ਨਾਲ ਮੈਂ ਮੰਡੀਆਂ 'ਚ ਵੀ ਵੀਡੀਓ ਬਣਾਉਣਾ ਦੋ ਬੰਦਿਆਂ ਦੀ ਡਿਊਟੀ ਮੇਰੇ ਨਾਲ ਹੀ ਹੁੰਦੀ ਹੈ ਬਾਕੀ ਹੁਣ ਤੁਹਾਨੂੰ ਤਿੰਨ ਲੇਲੇ ਮੇਰੇ ਜਮਨਾਪਰੀ ਭੇਡਾਂ ਦੇ ਦਿਖਾਉਣਾ ਉਹ ਵੀ ਦਿਖਾ ਦੇ ਲੈ ਵੀ ਆਇਆ ਬੱਬੂ ਆ ਵੀ ਦਿਖਾ ਦੇ ਔਰ ਜਮਨਾਪਰੀ ਭੇਡਾਂ ਦੇ ਲੇਲੇ ਅਲਾ ਕਹਿੰਦਾ ਭੇਡਾਂ ਮਿਲ ਲਈ ਵੀ ਜਮਨਾਪਰੀ ਇਹ ਨੇ ਪਿਓਰ ਗਰਸੀ ਵਾਲੀ ਬਲੱਡ ਲੈਣ ਦਾ ਮੀਡਾ ਮੇਰੇ ਲਈ ਗਰਸੀ ਵਾਲੀ ਬਲੱਡ ਲੈਣ ਦਾ ਸਹੀ ਗੱਲ ਹੈ ਭੇਡਾਂ ਵੀ ਰੱਖਦਾ ਹੈ ਨਾ ਭੇਡਾਂ ਮਿਲੇ ਚੱਲ ਤੈਨੂੰ ਵੀਡੀਓ ਬਣਵਾਉਂਗਾ ਦੇਖੀ ਆ ਲੇਲਾ ਦਿਖਾ ਓਏ ਇਧਰਲਾ ਵੀ ਸਹੀ ਗੱਲ ਹੈ ਬਈ ਗਰਸੀ ਵਾਲੀ ਬਲੱਡ ਲੈਣ ਦੀਆਂ ਉਰਾ ਕਰ ਆ ਲੇਲਾ ਵੱਡਾ ਗਰਸੀ ਵਾਲੀ ਬਲੱਡ ਲੈਣ ਦਾ ਇਧਰ ਨੂੰ ਕਰ ਇਹ ਲੇਲੇ ਨੇ ਇਹ ਹਾਂਜੀ ਇਹ ਲੇਲੇ ਨੇ ਦੋਨੀ ਇਹ ਆ ਇੱਕ ਰਾਸ ਵੀ ਉਹ ਵੀ ਦਿਖਾਉਂਗਾ ਤੈਨੂੰ ਆ ਲੇੜਾ ਜੀ ਜਮਨਾਪਰੀ ਲੇੜਾ ਹੈ ਪਿਓਰ ਸਹੀ ਗੱਲ ਆ ਬਈ ਆ 8 ਦਿਨਾਂ ਦਾ ਹੋ ਜਾਂਦਾ ਜਿਹੜਾ ਆ ਰਾਸ ਵੀ ਹੈ ਲੈ ਵੀ ਇਹ ਰਾਸ ਹੋਈ ਹੈ ਹਾਂ ਜੀ ਇਹ ਰੰਗ ਦਾ ਕਿਵੇਂ ਫਰਕ ਆ ਜਰਾ ਜੁਣ ਦਾ ਕਈ ਹੋ ਜੂ ਬਾਅਦ ਦੇ ਵਿੱਚ ਇਹਨਾਂ ਵਰਗਾ ਹੀ ਹੋ ਜੂਗਾ ਇਹ ਜੀ ਕੰਨਾਂ ਤੇ ਜਮਨਾਪਰੀ ਦੇ ਡੱਬ ਹੁੰਦਾ ਇੱਥੇ ਕੰਨਾਂ ਕੰਨਾਂ ਤੇ ਠੀਕ ਆ ਹਾਂ ਵਿੱਚ ਚਿੱਟੇ ਮੂੰਹਾਂ ਵਾਲੀਆਂ ਵੀ ਨੇ ਮੇਰੇ ਤੇ ਆ ਦੇਖ ਲਓ ਜੇ ਬਾਈ ਨੇ ਜਮਨਾਪਰੀ ਲੇੜੇ ਲੈਣੇ ਤਾਂ ਮੇਰੇ ਲੇੜੇ ਲੁੰਗ ਵੀ ਖਾਂਦੇ ਨੇ ਦੇਖ ਲਓ ਸਹੀ ਗੱਲ ਦਵਾ ਦਾ ਮੰਡੇ ਪਏ ਨੇ ਖਾਣ ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਦੇ ਵਿੱਚੋਂ ਕੁਝ ਵੀ ਚਾਹੀਦਾ ਹੋਊਗਾ ਠੀਕ ਆ ਰਾਜੂ ਬਾਈ ਹਾਂ ਨਾਲੇ ਉਹਨਾਂ ਦੀ ਬਣਾਈ